ਇਹਨੂੰ ਵਿਟਕਿਓ ਵਿਟਕਿਓ ਪੜ੍ਹਾਈ ਦੇ ਅੰਦਰ ਸੋ ਪਹਿਲੀ ਪੋਦ ਚੀਜ਼ ਹੋਏ ਧਿਆਨ। ਧਿਆਨ ਨੂੰ ਦੇਖ ਲਓ, ਪਹਿਲੀ ਪੋਦ ਮਾਸਟਰ ਆਈ ਬਾਤ ਬਤਾਓ, ਧਿਆਨ ਨੂੰ ਦੇਖ ਲਓ। ਵੋ ਪਹਿਲੀ ਪੋਦ ਟੱਬਰ ਬੈ PMT ਕਾ ਸਿਲੈਕਟ ਹੋ ਗਿਆ, ਕਾਲਜ ਮੇ ਆਇਆ, ਆਤਾ ਹੀ ਮਾਸਟਰ ਜੀ ਕੀ ਕਰਿਓ, ਗੋਬਰ ਮੰਗਾਇਓ। ਗੋਬਰ ਮੰਗਾ ਕੇ ਵੇਲ ਕੇ ਬੋਲੇ ਹਾਂ ਵੀ ਬੱਚੋ। ਵੋ ਗੋਬਰ ਮੇ ਦੀ ਆਂਗਲੀ, ਨਿਕਲ ਬਾਰੇ ਲੀ ਮੂੰਹ ਮੇ। ਪ੍ਰੋਫੈਸਰ ਸਾਹਿਬ ਬੋਲੇ ਹਾਂ ਵੀ ਸਾਰੇ ਕੇ ਸਾਰੇ ਬੱਚੇ ਐਸੇ ਹੀ ਕਰੇਂਗੇ। ਵੀ ਗਣੇ ਗੋਬਰ ਤਾਂ ਗੋਬਰ ਹੀ ਹੋਏ ਵੀ, ਅਬ ਸਾਰਾ ਦੇਖਿਓ ਵੀ ਹੋ ਸਕੇ, ਉਹ ਵੀ ਕੋਈ ਪਾਠ ਹੋ ਗਿਓ। ਜੇ ਟੱਬਰ ਸਾਰਾ ਜਾ ਰਾਂਗਲੀ ਦੇਰ ਮੂੰਹ ਮੇ। ਫਿਰ ਗੁਰੂ ਜੀ ਬੋਲਿਆ ਦੇਖੋ ਟੱਬਰੋ, ਪੜ੍ਹਾਈ ਗਏ ਅੰਦਰ ਸਾਂ ਮੇਨ ਚੀਜ਼ ਹੋਏ ਧਿਆਨ ਨੂੰ ਦੇਖ ਲਓ। ਮੈਂ ਗੋਬਰ ਮੈਂ ਆਂਗਲੀ ਆ ਦੀਰ ਚਾਟੀ ਆਈ ਤਾਂ ਲੜੀ, ਜਾਂ ਤਾਂ ਧਿਆਨ ਨੂੰ ਦੇਖ ਲਿਓ ਤਾਂ ਠੀਕ ਹੈ, ਨਹੀਂ ਫਿਰ ਗੋਬਰ ਹੀ ਚਾਟੋਗਾ, ਕਿਉਂਕਿ ਇੱਥੇ ਦੇਖਣ ਮੇਰੇ ਕੰਨ ਲੱਗ ਰਹੇ ਹੋ, ਪਠਾਨ ਮੈਂ ਬੋਰਡ ਪਰ ਲੱਗ ਰਹੀ ਹੂੰ।